ਮੌਲਾ ਬਖਸ਼ੇ ਹਾਂ ਕੀ ਹਾਲ ਹੈ ਠੀਕ ਠਾਕ ਤੂੰ ਸੁਣਾ ਕਰਾ ਮੈਂ ਅੱਲਾ ਪਾਕ ਦਾ ਤੂੰ ਸੁਣਾ ਅੱਲਾ ਦਾ ਸਾਨ ਹੈ ਕਿਵੇਂ ਤਿੰਨ ਦਿਨ ਹੋ ਗਏ ਚਾਰ ਤਾਂ ਨਿਕਲ ਨਹੀਂ ਆਇਆ ਮੈਨੂੰ ਓਏ ਅੱਲਾ ਦੇ ਬੰਦਿਆ ਕੰਮ ਧੰਦੇ ਵਾਲੇ ਬੰਦੇ ਬਾਹਰ ਨਿਕਲ ਜਾਵੇ ਦਿਹਾੜੀ ਲੱਗ ਜਾਵੇ ਦੋ ਲੱਗ ਜਾਵੇ ਹੱਟ ਘਰੇ ਆਉਣਾ ਹੁੰਦਾ ਕਿਤੇ ਆਪਾਂ ਜਾਣਾ ਉਹ ਗੱਲ ਤਾਂ ਤੇਰੀ ਸਹੀ ਹੈ ਪਰ ਕੰਮ ਧੰਦਾ ਵੀ ਕੀਤਾ ਕਰ ਤੇ ਆਪਣੇ ਘਰ ਦਾ ਵੀ ਖਿਆਲ ਕੀਤਾ ਕਰ ਕਿਉਂ ਘਰ ਰੋਂਦਾ ਪਿਆ ਐਡੇ ਐਡੇ ਹਾਲ ਵੇ ਆਪਣੇ ਐਡੇ ਐਡੇ ਉਹ ਕਿਹੜੇ ਕੰਜਰ ਹਾਲ ਵਾਂਦਾ ਸੀ ਸਾਡੇ ਘਰ ਹਾਲਾਂ ਦੀ ਕਈ ਲੋੜ ਬਣੀ ਕਲੀ ਆਈ ਉਹ ਜੇ ਤੇਰੇ ਸਾਲਿਆਂ ਦੇ ਸਾਹਵਰੇ ਹਾਂ ਉਹ ਆਏ ਨਿਕਲ ਵੀ ਵੇਖੇ ਨਹੀਂ ਪਰਸ ਨੂੰ ਵੇਖੇ ਨਹੀਂ ਅੱਛਾ ਆਹ ਤੇਰੀ ਬੇਗਮ ਕੋਈ ਗੋਸ਼ਤ ਪੱਕਦੇ ਪੈਣ ਕੋਈ ਦਾਲੋਂ ਪੱਕਦੀਆਂ ਪਈਆਂ ਕੋਈ ਪੰਡਾ ਸਮਾਨ ਦੀਆਂ ਨਾਲ ਜਾਂਦੀਆਂ ਪਈਆਂ ਹਲਾ ਹਾਂ ਹਾਂ ਇਹੋ ਤਾਂ ਮੈਂ ਅੱਗੇ ਆ ਨਾ ਬਈ ਇਤਨਾ ਕਮਾ ਤੇ ਮਾਇਰ ਆ ਗਿਆ ਮੇਰੀ ਮੱਡੀ ਗਈ ਕਿਹੜੇ ਪਾਸੇ ਇਹ ਤੇ ਵਿਚਲੀ ਗੱਲ ਦਾ ਹੁਣ ਪਤਾ ਲੱਗਾ ਸਾਰਾ ਸੌਦਾ ਸੂਤ ਕਾ ਤੁਪਾਲ ਨੇ ਸਭ ਰਗਾ ਟੱਪ ਗਿਆ ਹੈ ਉਹ ਤੈਨੂੰ ਚਲੋ ਪਤਾ ਤਾਂ ਲੱਗ ਗਿਆ ਹੈ ਪਰ ਮੇਰਾ ਭਰਮ ਰੱਖੀ ਤੂੰ ਪਰੇਸ਼ਾਨ ਨਾ ਤੇਰਾ ਨਾਂ ਨਹੀਂ ਆਉਂਦਾ ਤੂੰ ਤੇ ਬੰਦਾ ਹੀ ਕੰਮ ਦਾ ਹੈ ਹਾਂ ਤੂੰ ਐਂ ਕਰ ਘਰਾਂ ਨਿਕਲਦਾ ਤੇ ਮੇਰੀ ਤਬੀਅਤ ਤੋਂ ਜਿਹੜੀ ਨਾ ਤੱਤੀ ਆ ਕਰਾਂਗੀ ਓਈ ਖਲੀ ਤੇ ਮੇਰੇ ਖਿਦੋ ਤੂੰ ਵੀ ਦੂਰ ਹੋ ਜਾ ਤਾਂ ਮਲ ਨਾਲ ਤੇ ਸ਼ਾਮੀ ਮੈਂ ਟੱਕਰਨਾ ਹੀ ਇੱਕ ਵਾਰੀ ਆ ਤੇ ਟੱਕਰ ਲਈ ਸਹੀ ਕਰ ਮੈਨੂੰ ਰਾਨਾ ਪੇ ਟੱਕਰ ਲਵਾਣ ਦੇ ਚੰਗਾ ਆ ਪੀਨੀ ਚੀਨੀ ਆ ਬਾਹਰ ਨਿਕਲੇ ਘਰੇ ਮੌਲਾ ਬਖਸ਼ ਕੀ ਹੋਇਆ ਜੀ ਤੇਰਾ ਹਜਾ ਮੌਕੇ ਹੋਰ ਕੀ ਹੋਇਆ ਤੇਰਾ ਮਰਨਾ ਹੋ ਗਿਆ ਮੈਂ ਕੀ ਕੀਤਾ ਚਾ ਆ ਪੋਤਰੇ ਮੋਇਆਂ ਦੀ ਆ ਆ ਮੇਰੇ ਸਾਲਿਆਂ ਨੂੰ ਹਰ ਬਲਾ ਖਵਾਈ ਦਕਾਈ ਕਰ ਲਈ ਤੇਰੇ ਹਜਾ ਮੌਕ ਗਿਆ काम कर करके बंदा थक गया हुण मेरी बेगम नु इतना हया कोनी के मैं मर्द नु पानी दे लवा नी नूरी पानी लाया जल्दी आ गा कदी तो सोच लिया कर अपने आप मैं मर्द नु पानी देना आखा ते मोड़ पानी देनी नहीं तो तू नहीं देंदी ठीक है तू आटा गुंदी बैठी है लेकिन कितनी गर्मी में काम तू थके होया है तेरा हक मन दा मैनू पानी दे फद ते रोटी पका जल्दी जल्दी मैनू भूख लगी खाली है गुल्लू बिरा उतावल ना कर ना जज्बात कर आखिर अपना बनवाई आप पूछने पे इनकी गलती केड़ी जेड़ी गल्लू मारिया तू बीबी तू जम जम के आ तेरा घर है असि तेरी रोटी उत्ते नहीं मरदे लेकिन तू हक ना ला लड़ के ना इस घर जल्दी जा सबर कर बीबी सबर कर मुंशी मिठा जल्दी इतना अरसा हो गया तेन मेरे को काम कर दे को परेशानी तो नहीं कोई टेंशन तो नहीं परेशानी है बहुत अच्छे तेरे ना दो मिठासा खेड़ा की कर लिया
ਨਾਲ ਹੀ ਕੰਮ ਘੱਟ ਲਈ ਆਈ। ਚੜ ਸਾਹਿਬ ਦੇਖੋ ਇਹ ਜ਼ਿੰਦਗੀ ਦੇ ਬਾਹਰਾਂ ਨੇ, ਕੰਮ ਤਾਂ ਸਾਰੀ ਉਮਰ ਹੁੰਦੇ ਰਹਿੰਦੇ, ਹਾਲਾਂਕਿ ਮਰਦੇ ਦਮ ਤੱਕ ਕੰਮ ਨਹੀਂ ਮੁੱਕਣੇ। ਬਿਲਕੁਲ। ਤੇ 3 ਸਾਲ ਹੋ ਗਏ ਮੈਂ ਤੁਹਾਡੇ ਕੋਲ ਡਿਊਟੀ ਜੁਆਇਨ ਕੀਤੀ ਹੋਈ ਹੈ, ਮੁਸਲਸਲ ਕੰਮ ਕਰ ਰਹੇ ਹਾਂ। ਪੁਰਾਣਾ ਮੁਲਾਜ਼ਮ? ਹਾਂਜੀ। ਤੇ ਹੁਣ ਤੂੰ ਇਸ ਤਰ੍ਹਾਂ ਕਰੋ, ਕੋ 5 ਦਿਨ ਦੀ ਮੈਨੂੰ ਛੁੱਟੀ ਦੇ ਦਿਓ। ਹਾਂਜੀ, 5 ਦਿਨ ਦੀ ਛੁੱਟੀ? ਜੀ ਹਾਂ ਜੀ। ਕੋਈ ਛੁੱਟੀ ਕੋ ਨਹੀਂ, ਭਾਜਾ ਪਰ 5 ਦਿਨ ਦੀ ਛੁੱਟੀ। ਚਲ ਸਰ, ਤੁਹਾਡਾ ਮੂੰਹ ਜੇ ਸੰਨੀ ਵਿਗੜੀ ਹੁੰਦੀ ਤੁਹਾਡੀ ਮਿਹਰਬਾਨੀ, ਮੈਨੂੰ ਛੁੱਟੀ ਦੇ ਦਿਓ। ਛੁੱਟੀ ਨਹੀਂ ਮਿਲਣੀ, ਇੱਕ ਅੱਧੇ ਦਿਨ ਦੀ ਬੜੀ ਮੁਸ਼ਕਿਲ ਨਾਲ ਮੈਂ ਦਿੰਦਾ, ਨਾ ਤੈਨੂੰ 5 ਦਿਨ ਦੀ ਛੁੱਟੀ ਕਿਵੇਂ ਦੇਵਾਂ? ਚਲੋ ਇਸ ਤਰ੍ਹਾਂ ਕਰੋ, 1 ਦਿਨ ਕੱਟ ਲਓ, 4 ਦਿਨ ਦੇ ਦਿਓ। ਨਾ 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 ਨਾ, ਕਦੀ ਵੀ ਤੇ ਸੋਚੀ ਵੀ ਨਾ। ਚਲ ਸਾਹਿਬ, ਤੁਹਾਡੀ ਮਿਹਰਬਾਨੀ, ਦੇ ਦਿਓ। ਉਹ ਨਾ ਭਾਈ ਦਾ। ਚਲ ਸਾਹਿਬ, ਦੇ ਦਿਓ ਤੁਹਾਡੀ ਮਿਹਰਬਾਨੀ, ਚਲੋ 4 ਦਿਨ ਦੀ ਦੇ ਦਿਓ। ਅੱਛਾ ਮੁੰਡੇ, ਇਸ ਗੱਲ ਦੇ ਪੱਕੇ ਹੋ? ਹਾਂ ਹਾਂ, ਪੱਕਾ ਹਾਂ। ਪੱਕੇ? ਪੱਕਾ। ਤੇ ਮੁੰਡੇ ਇਸ ਤਰ੍ਹਾਂ ਕਰਨੇ ਕਿ ਜੋ ਦਰਾਣੀ ਸਾਹਿਬ ਹਨ ਨਾ, ਉਹ ਖੂਹ ਵਾਲੀ ਗੱਲ ਜਿਹੜੀ ਹੈ ਉਹ ਦੱਸ ਦਿੰਦੇ ਆ ਮੁੰਡਾ। ਹੈਂ? ਹਾਂਜੀ, ਜਾਵਾਂ ਮੁੰਡੇ। ਉਹ ਨਹੀਂ ਨਹੀਂ ਨਹੀਂ, ਐਸੀ ਗੱਲ ਨਹੀਂ ਕਰਨੀ, ਐਸੀ ਗੱਲ ਨਹੀਂ ਕਰਨੀ, ਚੁਦਰਾਣੀ ਨੂੰ ਕੋਈ ਗੱਲ ਨਹੀਂ ਕਰਨੀ। ਚੌਧਰੀ ਸਾਹਿਬ, ਆਪਣਾ ਬਿਲੱਪਾ ਹੀ ਬੜਾ ਪੁਰਾਣਾ ਹੈ। ਮੋੜੇ 3 ਦਿਨ ਦੀ ਛੁੱਟੀ ਤੂੰ ਜਾ ਸਕਣਾ, ਤੇ ਚੁਦਰਾਣੀ ਨੂੰ ਕੋਈ ਗੱਲ ਨਹੀਂ ਕਰਨੀ। ਨਹੀਂ, ਚੁਦਰਾਣੀ ਨੇ ਮੈਂ ਬਿਲਕੁਲ ਗੱਲ ਕਰਨੀ ਨਹੀਂ ਨਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਹੈ ਜੀ? ਠੀਕ ਠਾਕ। ਤਬੀ ਐਸੇ ਠੀਕ ਹੈ? ਮੈਂ ਆ ਉਸ ਤੋਂ ਤਰ ਘਰ ਵੇਖਿਆ, ਤੁਸੀਂ ਨਹੀਂ ਲੱਭੇ ਹੋ। ਅੱਛਾ, ਹਾਂ। ਓਏ ਹੋਏ ਹੋਏ, ਉਹ ਹੁਕਮ ਕਰ ਆਇਆ ਕਿ ਨਹੀਂ? ਖੈਰ, ਇਹ ਵੀ ਸਹੀ ਤੇ ਖੈਰ ਨਹੀਂ ਵੀ ਸਹੀ। ਅੱਛਾ ਜੀ, ਆ ਬਾਕੀ ਦੀਆਂ ਬਾਅਦ ਚੋ ਸੁਣ ਪਹਿਲੇ ਰੋਲਾ ਮਿਠਾਈਏ ਠੀਕ ਤੇ ਗੱਲ ਸੁਣਨੀ ਕਿਆ ਜੀ ਜੀ ਜਰ ਸਾਹਿਬ ਤੂੰ ਨਹੀਂ ਜਾਣਾ ਅੱਜ ਅੱਛਾ ਜੀ ਆਪਾਂ ਚੱਲ ਰੋਲਾ ਮਿਠਾਈਏ ਸੁਬਾ ਜਾਵੀ ਚਲੋ ਠੀਕ ਹੈ ਜੀ ਮੋਕ ਆ ਜਾ ਕੋ ਨੇਕੀ ਵੀ ਕਰ ਲਈ ਕਰ ਤੈਨੂੰ ਕੀ ਆਂਦਾ ਹੈ, ਕਿਉਂ ਮਾਰਦਾ ਹੈ? ਚਾਚਾ ਮੈਨੂੰ ਤੇ ਆਣ ਨੂੰ ਨਹੀਂ ਪਤਾ ਕਿਉਂ ਮਾਰਦਾ ਹੈ, ਬਾਹਰੋਂ ਆਂਦਾ ਹੈ ਦਿਆਂ ਨੇ ਲੜਾਈ ਪਾ ਲੈਂਦਾ ਤੇ ਤੂੰ ਸੌਦੇ ਚ ਆ ਗਿਆ ਤੇ ਬਹਿਣਾ ਬਰਾਵਨ ਦੇ ਬਸ ਇਥਾ ਹੀ ਚੁੱਪ ਕਰਦਾ। ਮੈਂ ਤੇ ਸੈਨਾ ਰੋਲਾ ਵਿੱਚ ਲਾ ਕੇ ਆ ਮੇਰੇ ਘਰ ਦੇ ਵਿੱਚ। ਅੱਛਾ, ਇਹ ਸ਼ਾਇਦ ਟਾਈਮ ਛੱਡੀ ਹਾਂ, ਅੱਲਾ ਦੇ ਬੰਦੇ ਆ, ਦਿਓ ਕੰਡ ਅੱਛਾ ਕੌਲੀਆਂ ਅੱਛਾ ਮਦਣੇ ਦਾਤਰੀਆਂ ਰੰਬੀ ਫੋੜਾ ਹਰ ਬਲਾ ਇਹਦਾ ਠੋਕੀ ਬਰਾਵਾਂ ਨੂੰ। ਅੱਛਾ, ਮੇਰੇ ਘਰੇ ਸੀ ਫਰੀ ਫਰੀ ਪਈ ਏ, ਇਹ ਤੇ ਮੇਰੇ ਘਰ ਦੇ ਰੜੀਆਂ ਕਰ ਦੇ ਰੜੀਆਂ। ਤੈਨੂੰ ਕੀ ਸਬੂਤ ਹੈ ਭਾਈ? ਮੈਨੂੰ ਸਬੂਤ ਹੈ? ਕੋਈ ਜ਼ਮਾਨਤੀ, ਕੋਈ ਬੰਦਾ, ਕੋਈ ਗਵਾਹ, ਕੋਈ ਐਸੀ ਗੱਲ? ਤੈਨੂੰ ਤਾਂ ਸਿੰਦਾ ਪਿਆ ਦੱਸ। ਮੈਂ ਜਿਸ ਟਾਈਮ ਘਰੋਂ ਨਿਕਲ ਜਾਣਾ ਕੰਮ ਤੇ, ਮੈਂ 2 ਦੇ ਘਰੇ ਨਹੀਂ ਆਉਂਦਾ ਹੈ, ਤੇ ਮਗਰੂ ਇਹ ਸਾਰਾ ਕੁਝ ਢੋਂਦੀ ਹੈ ਤੇ ਬੰਦਾ ਵੇਖਿਆ ਹੈ। ਕਿਸ ਬੰਦੇ ਵੇਖਿਆ? ਸਾਹਮਣੇ ਕਰ ਸਦਨਾ ਸੱਜ ਆ ਮੇਰਾ ਗਵਾਡੀ ਫਖਰੂ ਨਹੀਂ ਹੈ ਫਖਰ, ਮੈਨੂੰ ਉਸ ਦੱਸਿਆ ਉਹ ਜਹਾਨ ਦਾ ਝੂਠਾ ਹੈ। ਚੌਧਰੀ ਸਾਹਿਬ, ਸਾਡੀ ਇੱਜ਼ਤ ਐਂ ਨਾ ਬਦਨਾਮ ਕਰੇ, ਇੰਜ ਨਾ ਕਿ ਲੋਕੀ ਵਾਕੇ ਇਹ ਗੱਲ ਹਕੀਕਤ ਹੋਏ ਖਾਲੀ, ਸਾਨੂੰ ਬਦਨਾਮ ਨਾ ਕਰ। ਅਗਰ ਸਾਡੀ ਬਹਿਣ ਕੂੜੀ ਹੈ ਤੇ ਤੁਹਾਨੂੰ ਕੂੜਾ ਕਰ ਕੂੜਾ ਕਰ ਬਿਲਕੁਲ ਬੰਦਾ ਛੱਲਿਆ ਕੂੜੀ ਤੇ ਹੋਈ ਪਈ ਨੇ ਅੱਲਾ ਦੇ ਬੰਦੇ ਹੋ, ਮੈਂ ਤਾਂ ਇਹ ਤੇ ਫਾਤੀ ਹੈ ਤੇ ਮਾਲਾ ਬਖਸ਼ਾ ਦਾਤਰੀਆਂ ਤੇ ਉਹ ਜਿਹੜਾ ਮਦਨੇ ਪਿਆ ਦੇ ਆਪਣੇ ਘਰ ਪਏ ਜਾ ਕੇ ਵੇਖ ਤੂੰ ਸਹੀ ਤੋਂ ਇੱਥੇ ਗੱਲਾਂ ਕੀਤੀ ਜਾਂਦਾ ਮੈਨੂੰ ਕੂੜਿਆ ਕੀਤੀ ਜਾਂਦਾ ਸਾਧੋ ਨੂੰ ਫਕਰੂ ਨੂੰ ਜਿਹੜਾ ਗੱਲਾਂ ਮੈਂ ਸਾਧੋ ਨਹੀਂ ਆਪਾਂ ਤੁਹਾਨੂੰ ਸਾਧਾ ਹੀ ਨਾ ਚੌਰੀ ਸਾਹਿਬ ਹਾਂ ਤੁਸੀਂ ਥਾਏ ਬਾ ਮਸਾ ਤੋਂ ਹੋਣੇ ਆ ਸਾਧਿਆ ਚੌਰੀ ਸਾਹਿਬ ਹਾਂ ਹਾਂ ਬਿਲਕੁਲ ਬਿਲਕੁਲ ਆਏ ਗੱਲ ਏ ਮੈਨੂੰ ਲੈ ਕਿੱਥੇ ਜਾਊਂ ਏ ਅੱਲਾ ਦਾ ਸ਼ੁਕਰ ਏ ਦੱਸ ਉਹ ਫਖਰ ਪੁੱਤਰ ਉਹ ਤੈਨੂੰ ਇਸ ਵਾਸਤੇ ਸੱਦਿਆ ਤੂੰ ਕੀ ਵੇਖਿਆ ਤੇ ਕੀ ਸੁਣਿਆ ਹੈ ਇੱਥੇ ਸੱਚ ਸੱਚ ਦੱਸ ਠਾਕਰ ਸਾਹਿਬ ਕਿਹੜੀ ਗੱਲ ਮੈਨੂੰ ਕੋਈ ਸਕਾਲ ਦਾ ਕੋਈ ਪਤਾ ਤੈਨੂੰ ਯਾਦ ਹੈ ਪਿਛਲੇ ਮੇਲੇ ਤੇ ਪਿਛਲੇ ਸਾਲ ਮੇਰੇ ਬ੍ਰਾਂਚ ਬੇਟਾ ਮਾਰੀਆਂ ਨੇ ਮੈਂ ਕੱਢਾ ਉਹ ਰੰਜ ਅੱਛਾ ਉਹ ਗੱਲ ਤੂੰ ਸੁਣ ਮੁੜ ਪਿਛਲੇ ਮੇਲੇ ਦੇ ਯਾਦ ਹੈ ਪਿਛਲੇ ਸਾਲ ਮੇਰੇ ਬ੍ਰਾਂਚ ਬੇਟਾ ਮਾਰੀਆਂ ਆਈਆਂ ਮੈਂ ਕੱਢਾ ਉਹ ਰੰਜ ਉਹ ਤੇਰੇ ਰੱਖਦੇ ਮਰ ਗਏ ਕੇ ਵੇਖਿਆ ਹੀ ਸੁਣ ਇਹਨੂੰ ਆਂਦੇ ਨੀ ਅੱਖੀ ਵੇਖਿਆ ਤੇ ਕੰਨੀ ਸੁਣਿਆ ਕਦੀ ਕਦੀ ਉਹ ਵੀ ਗਲਤ ਹੁੰਦਾ ਹੈ ਅੱਖੀ ਸੱਜੇ ਆਖੇ ਲੱਗ ਕੇ ਆਪਣਾ ਘਰ ਨਾ ਉਜਾੜਾ ਕਰੋ ਲੋਕਾਂ ਦੇ ਆਸਰੇ ਲੱਗ ਕੇ ਲੋਕਾਂ ਦੇ ਨਜ਼ਰਾਂ 'ਚ ਆ ਕੇ ਆਪਣਾ ਘਰ ਉਜਾੜਦੇ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣਾ ਘਰ ਆਪ ਦਾ ਬਚਾਇਆ ਕਰੋ
हयातियां हयातियां गल तो भी सोहनी कीती है तेरा है की तेरे वाली गल तू मेरे खिदूर हो जा।